ਮੈਨੂੰ ਫਿਮੋਸਿਸ ਸੀ, ਫਿਰ ਅਚਾਨਕ ਹੀ ਫੈਰਾ ਫਿਮੋਸਿਸ ਹੋ ਗਿਆ ਮੈਨੂੰ। ਫਿਰ ਮੈਂ ਇਸ ਚੀਜ਼ ਬਾਰੇ ਸਰਚ ਕੀਤਾ ਯੂਟਿਊਬ 'ਤੇ, ਫਿਰ ਨੇੜੇ ਜਲੰਧਰ ਮੈਨੂੰ ਹੋਸਪਿਟਲ ਮਿਲ ਗਿਆ। ਉਹਨਾਂ ਨੇ ਡਾਕਟਰ ਨਾਲ ਸੰਪਰਕ ਕੀਤਾ, ਮੈਂ ਡਾਕਟਰ ਜਸਮੀਤ ਆਹਲੂਵਾਲੀਆ, ਫਿਰ ਉਹਨਾਂ ਨੇ ਮੇਰਾ ਓਪਰੇਟ ਕੀਤਾ। ਕੋਈ ਪੇਨ ਨਹੀਂ ਮੈਨੂੰ, ਪੇਨ ਲੈਸ, ਬਲੱਡ ਲੈਸ ਹੋ ਗਿਆ। ਮੈਂ ਪਠਾਨਕੋਟ ਤੋਂ ਰਹਿਣ ਵਾਲਾ। ਕੁਛ ਦਿਨਾਂ ਮੈਨੂੰ ਪ੍ਰੋਬਲਮ ਚੱਲ ਰਹੀ ਸੀਗੀ ਕਿ ਮੈਨੂੰ ਫਿਮੋਸਿਸ ਸੀ, ਇਹ ਮੈਨੂੰ ਪਿਛਲੇ ਕੋਈ 3-4 ਸਾਲਾਂ ਤੋਂ ਸੀ। ਫਿਰ ਅਚਾਨਕ ਹੀ ਫੈਰਾ ਫਿਮੋਸਿਸ ਹੋ ਗਿਆ ਮੈਨੂੰ, ਜੋ ਕਿ ਉਹਦਾ ਐਮਰਜੈਂਸੀ ਇਲਾਜ ਕਰਵਾਉਣਾ ਸੀ। 1-2 ਦਿਨ ਮੈਂ ਬਹੁਤ ਪਰੇਸ਼ਾਨ ਰਿਹਾ, ਮੈਨੂੰ ਕੁਛ ਸਮਝ ਨਹੀਂ ਲੱਗਿਆ। ਫਿਰ ਮੈਂ ਇਸ ਚੀਜ਼ ਬਾਰੇ ਸਰਚ ਕੀਤਾ ਯੂਟਿਊਬ 'ਤੇ, ਫਿਰ ਨੇੜੇ ਜਲੰਧਰ ਮੈਨੂੰ ਹੋਸਪਿਟਲ ਮਿਲ ਗਿਆ, ਸਟਾਰ ਹੋਸਪਿਟਲ। ਉਹਨਾਂ ਨੇ ਡਾਕਟਰ ਨਾਲ ਸੰਪਰਕ ਕੀਤਾ, ਮੈਂ ਡਾਕਟਰ ਜਸਮੀਤ ਆਹਲੂਵਾਲੀਆ, ਉਹ ਬੜੇ ਹੀ ਮੈਨੂੰ ਉਹਨਾਂ ਸਮਝਾਇਆ ਕਿ ਇਹ ਐਮਰਜੈਂਸੀ ਕੇਸ ਹੈ। ਫਿਰ ਉਹਨਾਂ ਨੇ ਮੇਰਾ ਓਪਰੇਟ ਕੀਤਾ, ਫਿਰ ਉਹਨਾਂ ਨੇ ਮੈਨੂੰ 10-15 ਦਿਨ ਦਾ ਉਹਨਾਂ ਟਾਈਮ ਦਿੱਤਾ ਕਿ ਜੇ ਇਹਨਾਂ ਤੋਂ ਅਸੀਂ ਪ੍ਰੋਪਰ ਠੀਕ ਕਰਵਾਉਣਾ ਤੁਹਾਨੂੰ ਸਰਕਮਸੀਜ਼ਨ ਕਰਵਾਉਣਾ ਪੈਣਾ। ਅਤੇ ਮੈਂ ਓਪਰੇਸ਼ਨ ਕਰਵਾਇਆ, ਤੋ ਸਰ ਨੇ ਬੜੇ ਹੀ ਪਿਆਰ ਨਾਲ ਟ੍ਰੀਟਮੈਂਟ ਕੀਤਾ, ਬਲੱਡ ਲੈਸ ਹੋਇਆ। ਉਹਨਾਂ ਦਾ ਜੋ ਸਟਾਫ ਸੀ ਉਹ ਵੀ, ਉਹਨਾਂ ਨੇ ਬੜੇ ਹੰਬਲ ਤਰੀਕੇ ਨਾਲ ਸਭ ਕੁਛ ਕੀਤਾ, ਬੜੇ ਹੀ ਪਿਆਰ ਨਾਲ ਮੇਰੇ ਨਾਲ ਟ੍ਰੀਟ ਕੀਤਾ। ਕੋਈ ਵੀ ਡਰਨ ਵਾਲੀ ਗੱਲ ਨਹੀਂ ਹੈ, ਜਿਹੜਾ ਵੀ ਕੋਈ ਪੇਸ਼ੈਂਟ ਹੈਗਾ ਇੱਦਾਂ ਦਾ, ਉਹ ਜਲਦੀ ਤੋਂ ਜਲਦੀ ਆਓ ਔਰ ਆਪਣਾ ਇਲਾਜ ਕਰੋ।